ਲੋਕਾਂ 'ਚ ਵਿਚਰ ਰਹੇ ਹੋ, ਹਾਲਾਂਕਿ ਵਿਰੋਧ ਹੋਇਆ, ਤੁਸੀਂ ਉਸ ਵਿਰੋਧ ਨੂੰ ਬੜੇ ਖੜੇ ਮੱਥੇ ਪ੍ਰਵਾਨ ਕਰਕੇ ਲੋਕਾਂ 'ਚ ਪੂਰੀ ਆਵਾਜ਼ ਰੱਖ ਰਹੇ ਹੋ। ਇਹ ਸਾਰੀ ਚੋਣ ਕੰਪੇਨ ਇਸ ਤਰੀਕੇ ਨਾਲ ਨਿਕਲ ਰਹੀ ਹੈ। ਚੋਣ ਕੰਪੇਨ ਸ਼ੁਰੂਆਤ ਹੋ ਰਹੀ ਹੈ, ਬਾਕੀ ਦੇ ਵੀ ਕੈਂਡੀਡੇਟ ਆ ਗਏ, ਸੋ ਹੁਣ ਪੱਖੋਗੀ ਆਪਣਾ ਆਪਣਾ ਪੱਖ ਅਸੀਂ ਲੈ ਕੇ ਜਾਵਾਂਗੇ। ਜਿਹੜੀ ਕਿਸਾਨਾਂ ਦੀ ਰਿਜ਼ੈਂਟਮੈਂਟ ਹੈਗੀ ਹੈ, ਉਹ ਰਿਜ਼ੈਂਟਮੈਂਟ ਨੂੰ ਤੁਸੀਂ ਕਿਸ ਤਰੀਕੇ ਨਾਲ ਟੈਕਲ ਕਰੋਗੇ, ਕਿਉਂਕਿ ਖਨੌਰੀ ਬਾਰਡਰ 'ਤੇ ਜੋ ਕੁਛ ਹੋਇਆ, ਸ਼ੰਭੂ ਬਾਰਡਰ 'ਤੇ ਜੋ ਕੁਛ ਹੋਇਆ, ਜੋ ਹੋਇਆ ਉਹ ਠੀਕ ਨਹੀਂ, ਮੈਂ ਨਹੀਂ ਕਹਿੰਦੀ ਕਿ ਠੀਕ ਹੋਇਆ। ਕਿਸਾਨਾਂ ਨੂੰ ਸੈਟਿਸਫਾਈ ਕਰ ਰਹੇ ਅੱਜ, ਕਿਉਂਕਿ ਬਹੁਤ ਸਾਰੇ ਕਿਸਾਨਾਂ ਦੇ ਨਾਲ ਦੁਬਾਰਾ ਮੁਲਾਕਾਤ ਹੋਈ ਹੈ ਤੁਹਾਡੀ, ਕੁਛ 24 ਪਿੰਡਾਂ ਦਾ ਜ਼ਿਕਰ ਆ ਰਿਹਾ ਇਸ ਵਾਰ ਦਾ ਕਿ ਵਿਰੋਧ ਚੱਲ ਰਿਹਾ ਹੈਗਾ, ਬਾਈਕਾਟ ਕਰਨ ਦੀ ਗੱਲਾਂ ਚੱਲ ਰਹੀਆਂ। ਮੇਰੀ ਕੋਈ ਅੰਡਰਸਟੈਂਡਿੰਗ ਨਹੀਂ, ਜਿਹੜੇ ਇਹ ਆਏ ਨੇ ਇਹਨਾਂ ਦਾ ਮੈਂ ਪਹਿਲੇ ਵੀ ਸਾਥ ਦਿੱਤਾ। ਅੱਜ ਜਿਹੜਾ ਵਿਰੋਧ ਹੋ ਰਿਹਾ ਉਹ ਸਿਆਸੀ ਵਿਰੋਧ ਹੋ ਰਿਹਾ, ਸਿਆਸਤ ਚੱਲ ਰਹੀ ਹੈ। ਕੌਣ ਕਰਵਾ ਰਿਹਾ ਇਹ, ਮੈਂ ਨਹੀਂ ਕਹਿ ਸਕਦੀ। 4 ਵਾਰ MP ਦੇ ਤੌਰ 'ਤੇ ਇਸ ਹਲਕੇ ਨੂੰ ਨਿਵਾਜਿਆ ਹੈਗਾ, ਆਪਣੀਆਂ ਸੇਵਾਵਾਂ ਦਿੱਤੀਆਂ ਹੈਗੀਆਂ, ਕੀ ਲੱਗਦਾ ਕਿ ਕਿਹੜੇ ਮਸਲੇ ਪ੍ਰਵੀਨ ਕੌਰ ਤੋਂ ਪਹਿਲਾਂ ਨਹੀਂ ਪੂਰੇ ਹੋਏ, ਉਹ ਹੁਣ ਮੌਕਾ ਮਿਲਿਆ ਤਾਂ ਹੁਣ ਪੂਰੇ ਕਰਨ? ਜਦ ਸਾਡੀ ਸਰਕਾਰ ਸੀ, ਜਦ ਕੈਪਟਨ ਸਾਹਿਬ ਸੀ, ਪਟਿਆਲੇ ਲਈ ਬਹੁਤ ਕੁਛ ਕੀਤਾ, ਵੱਡੇ ਪ੍ਰੋਜੈਕਟਸ ਬਹੁਤ ਆਏ, ਯੂਨੀਵਰਸਿਟੀਜ਼ ਆਈਆਂ, ਮੈਂ FDI ਲੈ ਕੇ ਆਈ, ਮੈਂ ਮਲਟੀ ਸਪੈਸ਼ਲਿਟੀ ਹੋਸਪਿਟਲ ਲੈ ਕੇ ਆਈ। ਦੁੱਖ ਇਹ ਹੈ ਕਿ ਐਡਾ ਵਧੀਆ ਹਸਪਤਾਲ ਜਿਹਦੇ ਵਿੱਚ ਹਰ ਇੱਕ ਕਿਸਮ ਦੀ ਮਸ਼ੀਨ, ਪਰ ਡਾਕਟਰ ਨਹੀਂ। ਮੈਂ ਤਾਂ ਕਹਿੰਦੀ ਹਾਂ ਭਗਵੰਤ ਮਾਨ ਜੀ ਨੂੰ ਕਿ 750 ਕਰੋੜ ਜਿਹੜੇ ਤੁਸੀਂ ਆਪਣੇ ਐਡਵਰਟਿਸਮੈਂਟ 'ਤੇ ਲਾਉਂਦੇ ਹੋ, ਉਹਦੀ ਤਨਖਾਹ ਦੇ ਕੇ ਮਲਟੀ ਸਪੈਸ਼ਲਿਟੀ ਡਾਕਟਰ ਲਿਆਓ। ਭਾਜਪਾ ਦੇ ਵਿੱਚ ਆਣ ਕੇ ਚੁਣੌਤੀ ਲੱਗ ਗਈ ਅਲੱਗ ਤੌਰ 'ਤੇ? ਚੁਣੌਤੀ ਹਰੇਕ ਥਾਂ ਲੱਗਦੀ ਹੈ, ਸਿਆਸੀ ਤੌਰ 'ਤੇ ਚੁਣੌਤੀ ਕਿਸ ਨਾਲ ਮਾਨ? ਇਹ ਸਾਰਿਆਂ ਨਾਲ ਹੀ ਕੰਪੀਟੀਸ਼ਨ ਹੁੰਦਾ, ਅੰਤ ਦੇ ਵਿੱਚ ਇਹ ਸਾਰੇ ਆਪਣਾ ਪੂਰਾ ਜ਼ੋਰ ਲਾ ਕੇ ਹਟਦੇ ਹੈ, ਤਾਂ ਲੋਕ ਫਤਵਾ ਦੇ ਦਿੰਦੇ ਨੇ ਕਿ ਉਹਨਾਂ ਨੂੰ ਕੌਣ ਚਾਹੀਦਾ। ਸਤਿ ਸ਼੍ਰੀ ਅਕਾਲ ਦੋਸਤੋ, ਲੋਕ ਸਭਾ ਚੋਣਾਂ 2024 ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ। ਮਹਾਰਾਣੀ ਪ੍ਰਨੀਤ ਕੌਰ ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਚੁਣੌਤੀਆਂ ਨੇ, ਇਹਨਾਂ ਚੁਣੌਤੀਆਂ ਨੂੰ ਕਿਸ ਤਰੀਕੇ ਨਾਲ ਸਮਝ ਰਹੇ ਨੇ? ਮੈਡਮ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਲੋਕਾਂ 'ਚ ਵਿਚਰ ਰਹੇ ਹੋ, ਹਾਲਾਂਕਿ ਵਿਰੋਧ ਹੋਇਆ, ਤੁਸੀਂ ਉਸ ਵਿਰੋਧ ਨੂੰ ਬੜੇ ਖੜੇ ਮੱਥੇ ਪ੍ਰਵਾਨ ਕਰਕੇ ਲੋਕਾਂ 'ਚ ਪੂਰੀ ਆਵਾਜ਼ ਰੱਖ ਰਹੇ ਹੋ, ਇਹ ਸਾਰੀ ਚੋਣ ਕੰਪੇਨ ਕਿਸ ਤਰੀਕੇ ਨਾਲ ਨਿਕਲ ਰਹੀ ਹੈ ਤੁਹਾਡੀ? ਇਹ ਚੋਣ ਕੰਪੇਨ ਹੁਣ ਸ਼ੁਰੂਆਤ ਹੋ ਰਹੀ ਹੈ, ਬਾਕੀ ਦੇ ਵੀ ਕੈਂਡੀਡੇਟ ਆ ਗਏ, ਸੋ ਹੁਣ ਪੱਖੋਗੀ ਆਪਣਾ ਆਪਣਾ ਪੱਖ ਅਸੀਂ ਲੈ ਕੇ ਜਾਵਾਂਗੇ। ਹਰ ਇੱਕ ਪਾਰਟੀ ਲੈ ਕੇ ਜਾਊਗੀ, ਮੈਂ ਆਪਣਾ ਪੱਖ ਆਪਣੇ ਵੱਲੋਂ BJP ਵੱਲੋਂ ਲੈ ਕੇ ਜਾਊਂਗੀ ਕਿ ਅਸੀਂ ਕੀ ਕਰਨਾ ਹੈ, BJP ਦੀਆਂ ਕੀ ਨੀਤੀਆਂ ਨੇ, ਲੋਕਲ ਪ੍ਰੋਬਲਮ ਕੀ ਨੇ, ਉਹਨਾਂ ਦੀ ਸਾਥ ਮੈਨੇ ਪਿੱਛੇ ਕਿੰਨਾ ਦਿੱਤਾ, ਅੱਗੇ ਪੂਰਾ ਸਾਥ ਦਊਂਗੀ, ਇਹ ਗੱਲਾਂ ਦੇ ਨਾਲ ਮੈਂ ਚੋਣ ਮੁਹਿੰਮ 'ਚ ਨਿਕਲੀ ਹਾਂ। ਇਟਸ ਬੀਨ 8 ਡੀਕੇਡਸ, ਅਕਤੂਬਰ 'ਚ ਤੁਹਾਡਾ ਜਨਮ ਦਿਨ ਆ ਰਿਹਾ, ਲੱਗਦੇ ਨਹੀਂ ਤੁਸੀਂ ਇੰਨਾ ਸਫ਼ਰ ਤੈਅ ਕਰ ਲਿਆ ਹੈਗਾ, ਅੱਜ ਵੀ ਤੁਸੀਂ ਪੂਰੀ ਐਨਰਜੀ ਨਾਲ ਲੱਗੇ ਹੋ, ਇਹ ਮੋਟੀਵੇਸ਼ਨ ਕਿੱਥੋਂ ਆ ਰਹੀ ਹੈ, ਐਨਰਜੀ ਕਿੱਥੋਂ ਆ ਰਹੀ ਹੈ? ਇਹ ਲੋਕਾਂ ਤੋਂ ਆਉਂਦੀ ਹੈ, ਥੱਕ ਵੀ ਜਾਂਦੀ ਹੈ, ਜਦ ਮੈਂ ਲੋਕਾਂ ਨੂੰ ਮਿਲਦੀ ਹਾਂ, ਦੇਖਦੇ ਹਾਂ, ਇੱਕਦਮ ਐਨਰਜੀ ਆ ਜਾਂਦੀ ਹੈ। ਅਤੇ ਇਸ ਵਕਤ ਚੋਣਾਂ ਦਾ ਮੁੱਖ ਏਜੰਡਾ ਕੀ ਰਹਿਣ ਵਾਲਾ, ਕਿਉਂਕਿ ਲੋਕ ਪਟਿਆਲੇ ਦੇ ਖਾਸ ਕਰਕੇ ਤੁਹਾਨੂੰ ਇਸ ਨਜ਼ਰ ਨਾਲ ਦੇਖ ਰਹੇ, ਤੁਸੀਂ 4 ਵਾਰ MP ਦੇ ਤੌਰ 'ਤੇ ਇਸ ਹਲਕੇ ਨੂੰ ਨਿਵਾਜਿਆ ਹੈਗਾ, ਆਪਣੀਆਂ ਸੇਵਾਵਾਂ ਦਿੱਤੀਆਂ ਹੈਗੀਆਂ, ਕੀ ਲੱਗਦਾ ਕਿ ਕਿਹੜੇ ਮਸਲੇ ਪ੍ਰਨੀਤ ਕੌਰ ਤੋਂ ਪਹਿਲਾਂ ਨਹੀਂ ਪੂਰੇ ਹੋਏ, ਉਹ ਹੁਣ ਮੌਕਾ ਮਿਲਿਆ ਤਾਂ ਹੁਣ ਪੂਰੇ ਕਰਨਗੇ? ਦੇਖੋ, ਜਿਹੜੇ ਲੋਕਲ ਮਸਲੇ ਹੁੰਦੇ ਨੇ ਉਹ ਸੂਬੇ ਦੀ ਸਰਕਾਰ ਕਰਦੀ ਹੈ। ਜਦ ਸਾਡੀ ਸਰਕਾਰ ਸੀ, ਜਦ ਕੈਪਟਨ ਸਾਹਿਬ ਸੀ, ਪਟਿਆਲੇ ਲਈ ਬਹੁਤ ਕੁਛ ਕੀਤਾ,
ਜੇ ਮੈਂ ਗਿਣਾਵਾਂ ਲੋਕਾਂ ਦੀ ਸੂਏ ਜਿਹੜਾ ਜਿਹੜੇ ਜ਼ਮੀਨ ਨਾਲ ਜੁੜੀਆਂ ਹੋਈਆਂ ਗੱਲਾਂ, ਵੱਡੇ ਪ੍ਰੋਜੈਕਟਸ ਬਹੁਤ ਆਏ, ਯੂਨੀਵਰਸਿਟੀਜ਼ ਆਈਆਂ, ਮੈਂ ਐਫ ਡੀ ਆਈ ਲੈ ਕੇ ਆਈ, ਮੈਂ ਮਲਟੀ ਸਪੈਸ਼ਲਿਟੀ ਹੋਸਪਿਟਲ ਲੈ ਕੇ ਆਈ। ਦੁੱਖ ਇਹ ਹੈ ਕਿ ਐਡਾ ਵਧੀਆ ਹਸਪਤਾਲ ਜਿਹਦੇ ਵਿੱਚ ਹਰੇਕ ਕਿਸਮ ਦੀ ਮਸ਼ੀਨ, ਪਰ ਡਾਕਟਰ ਨਹੀਂ। ਮੈਂ ਤਾਂ ਕਹਿੰਦੀ ਹਾਂ ਭਗਵੰਤ ਮਾਨ ਜੀ ਨੂੰ ਕਿ 750 ਕਰੋੜ ਜਿਹੜੇ ਤੁਸੀਂ ਆਪਣੇ ਐਡਵਰਟਿਸਮੈਂਟ 'ਤੇ ਲਾਉਂਦੇ ਹੋ, ਉਹਦੀ ਤਨਖਾਹ ਦੇ ਕੇ ਮਲਟੀ ਸਪੈਸ਼ਲਿਟੀ ਡਾਕਟਰ ਲਿਆਓ, ਔਰ ਜਿਹੜਾ ਤੁਸੀਂ ਡਮਡਮਾ ਕਰਦੇ ਹੋ ਨਾ ਕਿ ਅਸੀਂ ਹੈਲਥ ਦਾ ਵਧੀਆ ਕਰਤਾ, ਇਹ ਤੁਹਾਡਾ ਫਲੈਗਸ਼ਿਪ ਪ੍ਰੋਗਰਾਮ ਹੋ ਜਾਊਗਾ। ਇੱਥੇ ਲੈ ਕੇ ਆਓ ਕਿ ਜਿਹੜੇ ਲੋਕਾਂ ਨੂੰ ਲੱਖਾਂ ਰੁਪਈਆਂ ਦੇ ਉੱਤੇ ਵੱਡੇ ਪ੍ਰਾਈਵੇਟ ਹੋਸਪਿਟਲਾਂ 'ਚ ਜਾ ਕੇ ਕਰਾਉਣਾ ਪਊ, ਉਹ ਇਹ ਸਰਕਾਰੀ ਹੋਸਪਿਟਲ 'ਚ ਹੋ ਸਕਦਾ ਹੈ। ਇਹ ਭਗਵੰਤ ਸਰਕਾਰ ਬੜੇ ਵੱਡੇ ਟਿੱਪਣੀਆਂ ਇਸ ਤਰੀਕੇ ਨਾਲ ਕਰ ਰਹੀ ਹੈ ਕਿ ਜਿਹੜੇ ਲੋਕ ਪਹਿਲਾਂ ਕਿਸੇ ਪਾਰਟੀ ਦੇ ਵਿੱਚ ਸੀਗੇ ਉਹ ਦੂਸਰੀ ਪਾਰਟੀ ਦੇ ਵਿੱਚ ਜਾ ਕੇ ਫਿਰ ਉਹੀ ਗੱਲਾਂ ਕਰ ਰਹੇ ਨੇ, ਭਰੋਸਾ ਨਾ ਕਰੋ, ਉਹਨਾਂ ਦਾ ਵਿਰੋਧ ਕਰੋ, ਉਹਨਾਂ ਦੀਆਂ ਸਾਫ਼ ਟਿੱਪਣੀਆਂ ਇਹ ਨੇ। ਭਾਜਪਾ ਦੇ ਵਿੱਚ ਆਣ ਕੇ ਚੁਣੌਤੀ ਲੱਗਦੀ ਹੈ ਅਲੱਗ ਤੌਰ 'ਤੇ ਤੁਹਾਨੂੰ? ਦੇਖੋ, ਚੁਣੌਤੀ ਹਰੇਕ ਥਾਂ ਲੱਗਦੀ ਹੈ, ਪਰ ਮੈਂ ਇੰਨਾ ਕਰਨਾ ਚਾਹੁੰਦੀ ਹਾਂ ਕਿ ਅਸੀਂ ਭਾਜਪਾ ਤੋਂ ਅਸੀਂ ਠੋਸ ਪ੍ਰੋਗਰਾਮ ਜੋ ਦੇਸ਼ ਦੇ ਲਈ ਨੇ ਉਹ ਅਸੀਂ ਲੈ ਕੇ ਜਾਵਾਂਗੇ, ਜਿਹੜੇ ਇੱਥੇ ਵੀ ਲਾਗੂ ਹੋਵਾਂਗੇ, ਜਿਹੜੇ ਹੋ ਕੇ ਹਟੇ ਨੇ, ਜਿਨ੍ਹਾਂ ਦਾ ਲਾਭ ਮਿਲਿਆ ਲੋਕਾਂ ਨੂੰ, ਆਯੁਸ਼ਮਾਨ ਕਾਰਡ ਦਾ ਕਿੰਨੇ ਲੋਕਾਂ ਨੂੰ ਲਾਭ ਮਿਲਿਆ, ਜਿਹੜੇ ਅਫੋਰਡ ਵੀ ਨਹੀਂ ਕਰ ਸਕਦੇ ਸੀ ਕਿ 5-5 ਲੱਖ ਦੀ ਉਹ ਜਾ ਕੇ ਆਪਣੇ ਹਾਰਟ ਦੇ, ਕਿਡਨੀਆਂ ਦੇ, ਲਿਵਰ ਦੇ ਪ੍ਰੋਬਲਮ ਜਿਹੜੇ ਹੈ, ਚਾਹੇ ਪ੍ਰਾਈਵੇਟ ਹੋਸਪਿਟਲਾਂ 'ਚ ਜਾ ਕੇ, ਪਟਿਆਲੇ 'ਚ ਹਰੇਕ ਪ੍ਰਾਈਵੇਟ ਹੋਸਪਿਟਲ ਨੇ ਆਯੁਸ਼ਮਾਨ ਕਾਰਡ ਨੂੰ ਓਨਰ ਕੀਤਾ, ਔਰ ਇਹ 1 ਸਾਲ ਦਾ ਨਹੀਂ ਹੈ, ਹਰ ਸਾਲ ਰਿਨਿਊ ਹੁੰਦਾ। ਬਿਲਕੁਲ, ਸੋ ਇਸ ਤੋਂ ਵੱਡੀ ਗੱਲ ਕਿਸੇ ਨੂੰ ਮਿਲ ਨਹੀਂ ਸਕਦੀ। ਮੈਡਮ, ਕਿਸਾਨਾਂ ਨੂੰ ਸੈਟੀਸਫਾਈ ਕਰ ਲਿਆ ਅੱਜ, ਕਿਉਂਕਿ ਬਹੁਤ ਸਾਰੇ ਕਿਸਾਨਾਂ ਦੇ ਨਾਲ ਦੁਬਾਰਾ ਮੁਲਾਕਾਤ ਹੋਈ ਹੈ ਤੁਹਾਡੀ, ਕੁਝ 24 ਪਿੰਡਾਂ ਦਾ ਜ਼ਿਕਰ ਆ ਰਿਹਾ ਸੀ ਵਾਰ ਵਾਰ ਕਿ ਵਿਰੋਧ ਚੱਲ ਰਿਹਾ ਹੈਗਾ, ਬਾਈਕਆਊਟ ਕਰਨ ਦੀਆਂ ਗੱਲਾਂ ਚੱਲ ਰਹੀਆਂ, ਕੋਈ ਅੰਡਰਸਟੈਂਡਿੰਗ ਹੋ ਗਈ ਹੈ ਜਿਹੜੀ ਗੱਲ ਤੁਸੀਂ ਕਹਿੰਦੇ? ਦੇਖੋ, ਨਹੀਂ, ਕੋਈ ਮੇਰੀ ਕੋਈ ਅੰਡਰਸਟੈਂਡਿੰਗ ਨਹੀਂ ਹੋਈ। ਜਿਹੜੇ ਇਹ ਆਏ ਨੇ ਇਹਨਾਂ ਦਾ ਮੈਂ ਪਹਿਲੇ ਵੀ ਸਾਥ ਦਿੱਤਾ, ਸਿਆਸੀ ਵਿਰੋਧ ਤੋਂ ਪਹਿਲੇ ਜੀ, ਔਰ ਇਹਨਾਂ ਦਾ ਜਿਹੜਾ ਕੰਮ ਹੈ ਇਹ ਸਿਆਸੀ ਪੱਧਰ ਤੋਂ ਉੱਪਰ ਉੱਠ ਕੇ ਕੰਮ ਹੈ, ਇਹ ਜ਼ਿੰਮੇਵਾਰੀ ਦਾ ਕੰਮ ਹੈ। ਮੈਂ ਸਾਂਸਦ ਸੀ, ਮੇਰੇ ਜ਼ਿੰਮੇਵਾਰੀ ਸੀ ਕਿ ਇਹ ਸਾਰੇ ਕਿਸਾਨਾਂ ਦਾ ਜੋ ਦੁੱਖ ਤਕਲੀਫ ਹੈ, ਜਿੱਥੇ ਤੱਕ ਮੈਂ ਕਰ ਸਕਦੀ ਮੈਂ ਪੂਰਾ ਸਾਥ ਦੇਵਾਂ। ਅੱਜ ਜਿਹੜਾ ਵਿਰੋਧ ਹੋ ਰਿਹਾ ਉਹ ਸਿਆਸੀ ਵਿਰੋਧ ਹੋ ਰਿਹਾ, ਸਿਆਸਤ ਚੱਲ ਰਹੀ ਹੈ। ਕੌਣ ਕਰਵਾ ਰਿਹਾ ਵਿਰੋਧ? ਇਹ ਮੈਂ ਨਹੀਂ ਕਹਿ ਸਕਦੀ, ਪਰ ਇੰਨਾ ਮੈਂ ਕਹਿ ਸਕਦੀ ਹਾਂ ਜਿਹੜੇ ਵਿਰੋਧ ਕਰ ਰਹੇ ਨੇ ਕਿਸਾਨ, ਇਹ ਇਹਨਾਂ ਦਾ ਸਿਆਸੀ ਹੱਕ ਹੈਗਾ, ਨਿੱਜੀ ਹੱਕ ਹੈਗਾ ਕਿ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਜਿਸ ਮਰਜ਼ੀ ਤਰੀਕੇ ਨਾਲ ਪੇਸ਼ ਆਣ, ਜੀ ਸੱਦ ਕੇ ਸਿਰ ਮੱਥੇ ਦੇ ਉੱਤੇ। ਜਦ ਚੋਣਾਂ ਖਤਮ ਹੋਣਗੀਆਂ, ਜੇ ਮੇਰੇ ਕੋਲ ਕੋਈ ਤਾਕਤ ਹੋਈ ਤਾਂ ਮੈਂ ਇਹਨਾਂ ਦੀ ਕੋਈ ਮਦਦ ਕਰ ਸਕਾਂ, ਮੈਂ ਜ਼ਰੂਰ ਕਰੂੰਗੀ। ਪਰ ਅੱਜ ਹੱਕ ਮੇਰਾ ਵੀ ਹੈ, ਬਲਬੀਰ ਜੀ ਦਾ ਵੀ ਹੈ, ਐਨ ਕੇ ਸ਼ਰਮਾ ਦਾ ਵੀ ਹੈ, ਡਾਕਟਰ ਗਾਂਧੀ ਦਾ ਵੀ ਹੈ ਕਿ ਅਸੀਂ ਸਾਰੇ ਜਾ ਕੇ ਪਿੰਡ ਪਿੰਡ ਜਾ ਕੇ ਅਸੀਂ ਆਪਣਾ ਅੱਗੇ ਪੱਖ ਰੱਖੀਏ, ਔਰ ਲੋਕਾਂ ਦਾ ਹੱਕ ਹੈ ਜਿਹਨੂੰ ਮਰਜ਼ੀ ਵੋਟ ਪਾਉਣ ਜੀ, ਜੋ ਮਰਜ਼ੀ। ਕੈਪਟਨ ਅਮਰਿੰਦਰ ਸਿੰਘ ਨਜ਼ਰ ਨਹੀਂ ਆ ਰਹੇ ਹਲੇ, ਕਦੋਂ ਤੁਹਾਡੇ ਨਾਲ ਚੋਣ ਅਖਾੜੇ ਦੇ ਵਿੱਚ ਨਜ਼ਰ ਆਉਣਗੇ? ਸਿਹਤ ਠੀਕ ਹੈ ਉਹਨਾਂ ਦੀ? ਸਿਹਤ ਠੀਕ ਹੈ, ਔਰ ਆਉਣਗੇ ਜ਼ਰੂਰ, ਔਰ ਤੁਹਾਨੂੰ ਨਜ਼ਰ ਵੀ ਆਉਣਗੇ, ਪੂਰੀ ਗੱਲਬਾਤ ਹੋਏਗੀ, ਹਲੇ ਤਾਂ ਸ਼ੁਰੂਆਤ ਹੈ। ਵੈਸੇ ਮੈਂ ਸਿਆਸੀ ਚੁਣੌਤੀ ਕਿਹਦੇ ਨਾਲ ਮੰਨਦੇ ਹੋ ਇਸ ਵੇਲੇ? ਤੁਸੀਂ ਸਾਰੇ ਕੈਂਡੀਡੇਟਸ ਦਾ ਜ਼ਿਕਰ ਤਾਂ ਕਰ ਦਿੱਤਾ ਹੈਗਾ, ਸਿਆਸੀ ਤੌਰ ਤੇ ਚੁਣੌਤੀ ਕਿਹਦੇ ਨਾਲ ਮੰਨ ਰਹੇ? ਦੇਖੋ, ਮੈਂ ਹਰ ਵਕਤ ਕਹਿੰਦੀ ਹਾਂ
ਕਿ ਜਿਹੜਾ ਜਿਹੜਾ ਵੀ ਉਮੀਦਵਾਰ ਹੈ, ਜਿਹੜੀ ਪਾਰਟੀ ਹੈ, ਉਹਨੇ ਆਪਣਾ ਪੂਰਾ ਜ਼ੋਰ ਲਾਣਾ ਹੈ। ਸੋ ਜਿਹੜਾ ਸਿਆਸੀ ਇੱਕ ਦੂਜੇ ਨਾਲ, ਮੈਂ ਇਹ ਨਹੀਂ ਕਹਿ ਸਕਦੀ ਕਿ ਉਹਦੇ ਨਾਲ ਹੈਗਾ ਕੰਪੀਟੀਸ਼ਨ ਜਾਂ ਉਹਦੇ ਨਾਲ ਹੈ, ਇਹ ਸਾਰਿਆਂ ਨਾਲ ਹੀ ਕੰਪੀਟੀਸ਼ਨ ਹੁੰਦਾ। ਅੰਤ ਦੇ ਵਿੱਚ ਇਹ ਸਾਰੇ ਆਪਣਾ ਪੂਰਾ ਜ਼ੋਰ ਲਾ ਕੇ ਹਟਦੇ ਹੈ ਤਾਂ ਲੋਕ ਫਤਵਾ ਦੇ ਦਿੰਦੇ ਨੇ ਕਿ ਉਹਨਾਂ ਨੂੰ ਕੌਣ ਚਾਹੀਦਾ। ਅਖੀਰ ਤੇ ਮੈਮ ਜਲਦੀ ਜਲਦੀ ਦੋ ਸਵਾਲ ਪੁੱਛਾਂਗਾ ਕਿਉਂਕਿ ਮੈਨੂੰ ਇਸ਼ਾਰੇ ਵੀ ਹੋ ਰਹੇ ਹੈ। ਜਿਹੜੀ ਕਿਸਾਨਾਂ ਦੀ ਰਿਜ਼ੈਂਟਮੈਂਟ ਹੈਗੀ ਹੈ, ਉਹ ਰਿਜ਼ੈਂਟਮੈਂਟ ਨੂੰ ਤੁਸੀਂ ਕਿਸ ਤਰੀਕੇ ਨਾਲ ਟੈਕਲ ਕਰੋਗੇ? ਕਿਉਂਕਿ ਖਨੌਰੀ ਬਾਰਡਰ ਤੇ ਜੋ ਕੁਝ ਹੋਇਆ, ਸ਼ੰਭੂ ਬਾਰਡਰ ਤੇ ਜੋ ਕੁਝ ਹੋਇਆ, ਬੜੀਆਂ ਸੈਂਸਿਟਿਵ ਚੀਜ਼ਾਂ ਨੇ, ਇਹ ਕਿਸ ਤਰੀਕੇ ਨਾਲ ਟੈਕਲ ਕਰੋਗੇ ਤੁਸੀਂ? ਦੇਖੋ, ਜੋ ਹੋਇਆ ਉਹ ਠੀਕ ਨਹੀਂ ਹੋਇਆ, ਮੈਂ ਨਹੀਂ ਕਹਿੰਦੀ ਕਿ ਠੀਕ ਹੋਇਆ ਜੀ। ਵਜ੍ਹਾ ਕੀ ਸੀ ਕੀ ਨਹੀਂ ਸੀ ਉਹਦੇ ਵਿੱਚ ਅਸੀਂ ਜਾਣਦੇ ਨਹੀਂ, ਪਰ ਮੈਂ ਆਪਣੇ ਵੱਲੋਂ ਇੱਕ ਇੱਕ ਜਿਹੜੇ ਮੇਰੇ ਹਲਕੇ 'ਚ ਤਿੰਨ ਬੰਦੇ ਜ਼ਖਮੀ ਹੋਏ ਘਨੌਰ ਹਲਕੇ 'ਚ, ਸੱਤ ਬੰਦੇ ਜ਼ਖਮੀ ਹੋਏ ਛਤਰਾਣੇ ਹਲਕੇ 'ਚ, ਦੋਵਾਂ ਦੀ ਛਤਰਾਣੇ ਹਲਕੇ 'ਚ ਮੌਤ ਹੋਈ। ਮੈਂ ਇੱਕ ਇੱਕ ਦੇ ਘਰ ਜਾ ਕੇ ਆਈ ਹਾਂ, ਔਰ ਹਾਲੇ ਕਿ ਮੈਨੂੰ ਇਹਦੇ ਵਿੱਚ ਕੋਈ ਸਿਆਸਤ ਹੈ ਨਹੀਂ, ਪਰ ਉਹ ਸਾਡੇ ਆਪਣੇ ਸੀ। ਇਹ ਗਲਤ ਹੋਇਆ ਕਿ ਆਪਣੇ ਹੱਕਾਂ ਦੇ ਲਈ ਲੜਦੇ ਉਹਨਾਂ ਨੂੰ ਇਹੋ ਜਿਹਾ ਸਦਮਾ ਪਹੁੰਚਿਆ। ਅੱਗੇ ਜਿਹੜੀ ਗੱਲ ਹੈ, ਜਿਹੜੀ ਗੱਲਬਾਤ ਹੈਗੀ ਹੈ, ਉਹ ਟੇਬਲ 'ਤੇ ਹੀ ਮੁੱਕਦੀ ਹੈ ਜੀ, ਔਰ ਉਹ ਬੰਦ ਨਹੀਂ ਹੋਈ। ਇਹ ਹੈ ਕਿ ਚੋਣ ਜਾਬਤਾ ਲੱਗ ਗਿਆ, ਇਲੈਕਸ਼ਨਾਂ ਆ ਗਈਆਂ, ਤਾਂ ਉਹ ਥੋੜ੍ਹੀ ਦੇਰ ਲਈ ਰੁਕ ਗਈ ਹੈ। ਕਿਸਾਨਾਂ ਦੇ ਲਈ ਹਰ ਵਕਤ ਸੈਂਟਰਲ ਗਵਰਨਮੈਂਟ ਦੀ ਦਰਵਾਜ਼ੇ ਖੁੱਲ੍ਹੇ ਨੇ, ਬੈਠ ਕੇ ਗੱਲ ਕਰਨ ਔਰ ਇਸ ਨੂੰ ਨਿਪਟਾ। ਭਾਜਪਾ ਦੁਆਰਾ ਸਰਕਾਰ ਬਣਾਉਣ ਜਾ ਰਹੀ ਹੈ? ਮੈਂ ਤਾਂ ਕਹਿੰਦੀ ਹਾਂ ਹਾਂ, 100% ਆ ਰਹੀ ਹੈ। ਆਖਰੀ, ਇਹ ਸਾਰਾ ਮਾਹੌਲ ਇੰਜੋਏ ਕਰ ਰਹੇ ਹੋ ਇਹ ਲੋਕਾਂ ਦੇ ਵਿੱਚ ਵਿਚਰਨਾ? ਕਿਉਂਕਿ ਅਮੂਮਨ ਇਹ ਚੀਜ਼ਾਂ ਘੱਟ ਜਾਂਦੀਆਂ ਨੇ ਜਦੋਂ ਇਲੈਕਸ਼ਨਾਂ ਆਉਂਦੀਆਂ, ਉਦੋਂ ਖੁੱਲ੍ਹ ਕੇ ਲੋਕਾਂ 'ਚ ਦੁਬਾਰਾ ਵਿਚਰਨ ਦਾ ਮੌਕਾ ਮਿਲਦਾ ਹੈਗਾ, ਇਸ ਪੂਰੀ ਕੰਪੇਨ ਨੂੰ ਇੰਜੋਏ ਕਰ ਰਹੇ? ਇੰਜੋਏ ਵੀ ਕਰੀਦਾ, ਦਿੱਕਤਾਂ ਵੀ ਆਉਂਦੀਆਂ, ਥਕਾਵਟ ਵੀ ਹੁੰਦੀ ਹੈ, ਪਰ ਇਹ ਇੱਕ ਜ਼ਰੂਰੀ, ਸਾਡੇ ਲਈ ਇੱਕ ਜ਼ਰੂਰੀ ਪੜਾਓ ਹੈਗਾ, ਜਿਹਦੇ ਵਿੱਚੋਂ ਜੋ ਵੀ ਸਿਆਸਤ ਦੇ ਵਿੱਚ ਉਹਨੂੰ ਨਿਕਲਣਾ ਪੜਦਾ। ਬਹੁਤ ਸ਼ੁਕਰੀਆ ਮੈਮ, ਸਮਾਂ ਦਿੱਤਾ ਤੁਹਾਡਾ, ਬਹੁਤ ਧੰਨਵਾਦ। ਸਿਆਸਤ ਮਹਾਰਾਣੀ ਪ੍ਰਦੀਪ ਕੌਰ, ਜਿਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਚੋਣ ਤੋਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਵਿਭਾਗ ਢੰਗ ਨਾਲ ਆਪਣਾ ਪੱਖ ਰੱਖਿਆ, ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਪੁਆਇੰਟ, ਆਪਣੇ ਟਿੱਪਣੀ ਜਿਹੜੀ ਸਾਂਝੀ ਕਰਨ ਦਾ ਤੁਹਾਡਾ ਬਹੁਤ ਧੰਨਵਾਦ।